ਹਾਂਜੀ ਬਾਬਿਓ, ਕਿਵੇਂ ਹੋ ਸਾਰੇ ਜਣੇ? ਪਹਿਲਾਂ ਤਾਂ ਮੈਨੂੰ ਇਹ ਦੱਸਿਓ ਇਹ ਡਾਇਲੌਗ ਕਿਹਦਾ, ਐਂਡ ਸੈਕਿੰਡ ਥਿੰਗ, ਕਹਿੰਦੇ ਪੰਗਾ ਪੈ ਗਿਆ ਮਹਿਕ ਪ੍ਰੀਤ ਅਤੇ ਮਿਸਿਸ ਬਾਵਾ ਦੇ ਵਿੱਚ। ਦੋਨੋਂ ਰਿਪਲਾਈ ਰਿਪਲਾਈ ਵਾਲੀ ਗੇਮ ਖੇਡ ਰਹੀ ਹਾਂ, ਚੱਕਰ ਦੋਨਾਂ ਨੂੰ ਹੀ ਵਿਊਜ਼ ਦਾ, ਬਟ ਉਹ ਕਹਿੰਦੀਆਂ ਕਿ ਮੈਂ ਉਹਦੇ ਨਾਮ 'ਤੇ ਵਿਊ ਨਹੀਂ ਲੈਣੇ, ਉਹ ਕਹਿੰਦੀਆਂ ਕਿ ਮੈਂ ਉਹਦੇ ਨਾਮ 'ਤੇ ਨਹੀਂ ਵਿਊ ਲੈਣੇ। ਬਾਕੀ ਆਪਾਂ ਦੇਖਦੇ ਹਾਂ ਕਿ ਕੀ ਚੱਕਰ ਪੈ ਗਿਆ। ਸਭ ਤੋਂ ਪਹਿਲਾਂ ਤਾਂ ਮੈਂ ਇਸ ਮਾਮਲੇ ਬਾਰੇ ਨਾ ਤੁਹਾਨੂੰ ਥੋੜ੍ਹਾ ਜਿਹਾ ਜਾਣੂ ਕਰਵਾ ਦਿੰਦੀ ਹਾਂ। ਅੱਜ ਤੋਂ ਕੁਝ ਕੁ ਦਿਨ ਪਹਿਲਾਂ ਨਾ ਰਿੰਪਲ ਰਿਪਸ ਨੇ ਮਿਸਿਸ ਬਾਵਾ 'ਤੇ ਇੱਕ ਰੋਸਟ ਪਾਇਆ ਸੀ, ਜਿਸ ਤੋਂ ਬਾਅਦ ਮਿਸਿਸ ਬਾਵਾ ਯੂਟਿਊਬ 'ਤੇ ਰਿੰਪਲ ਰਿਮਸ ਨੂੰ ਰਿਪਲਾਈ ਦਿੰਦੀ ਦਿਖਾਈ ਦਿੱਤੀ ਸੀ। ਅਤੇ ਉਸ ਤੋਂ ਬਾਅਦ ਵਿੱਚ ਜਦ ਮਹਿਕਪ੍ਰੀਤ 'ਤੇ ਫਿਰ ਰੋਸਟ ਕੀਤਾ ਗਿਆ ਤਾਂ ਮਹਿਕਪ੍ਰੀਤ ਨੇ ਵੀ ਰਿੰਪਲ ਰਿਪਸ ਨੂੰ ਰਿਪਲਾਈ ਦਿੱਤਾ, ਜਿਹਦੇ ਤੋਂ ਬਾਅਦ ਰਿੰਪਲ ਰਿਮਸ ਨੇ ਆਪਣੀ ਵੀਡੀਓ ਦੇ ਵਿੱਚ ਕਹਿ ਦਿੱਤਾ ਕਿ ਮੈਨੂੰ ਲੱਗਦਾ ਮਹਿਕਪ੍ਰੀਤ ਨੂੰ ਵੀ ਮਿਸਿਸ ਬਾਵਾ ਨੇ ਹੀ ਭਾਜੀ ਪਾਈ ਆ, ਇਸੇ ਲਈ ਉਹ ਵੀ ਉਹਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਆ। ਇਹਦੇ ਤੋਂ ਮਿਸਿਸ ਬਾਵਾ ਨੂੰ ਆ ਗਿਆ ਗੁੱਸਾ ਅਤੇ ਉਹਨੇ ਵਲੌਗ ਪਾ ਕੇ ਕਰਤਾ ਰਿਪਲਾਈ। ਹਾਲਾਂਕਿ ਉਹਦੇ ਰਿਪਲਾਈ ਦਾ ਸਮਝ ਨਹੀਂ ਆਇਆ ਕਿ ਉਹ ਰਿੰਪਲ ਨੂੰ ਰਿਪਲਾਈ ਕਰ ਰਹੀ ਆ ਜਾਂ ਫਿਰ ਮਹਿਕਪ੍ਰੀਤ ਨੂੰ, ਕਿਉਂਕਿ ਟਾਈਟਲ ਦੇ ਵਿੱਚ ਤਾਂ ਉਹਨੇ ਮਹਿਕਪ੍ਰੀਤ ਦੀ ਫੋਟੋ ਲਾਈ ਆ ਅਤੇ ਲਿਖਿਆ ਹੋਇਆ ਰਿਪਲਾਈ ਟੂ ਮਹਿਕਪ੍ਰੀਤ, ਨਾਲ ਦੀ ਨਾਲ ਲਿਖਿਆ ਪੂਰੀ ਗੱਲ ਸੁਣੀ, ਸਾਡੇ ਇਹ ਰਿਵਾਜ਼ ਨਹੀਂ, ਅਤੇ ਥੰਬਨੇਲ ਵੀ ਮਹਿਕਪ੍ਰੀਤ ਦਾ ਹੀ ਲਾਇਆ ਹੋਇਆ। ਪਹਿਲਾਂ ਤਾਂ ਆਪਾਂ ਮਿਸਟਰ ਮਿਸਿਸ ਬਾਵਾ ਦਾ ਵਲੌਗ ਦੇਖਦੇ ਹਾਂ ਕਿ ਉਹਨਾਂ ਨੇ ਆਖਿਰ ਰਿਪਲਾਈ ਕੀ ਕੀਤਾ ਸੀ ਮਹਿਕ ਨੂੰ। ਸੋਰੀ, ਜਿਵੇਂ ਕਿ ਸਾਰਿਆਂ ਨੇ ਥੰਬਨੇਲ ਦੇਖ ਕੇ ਵੀਡੀਓ ਖੋਲੀ ਆ। ਹਾਂ, ਤੇ ਤੁਸੀਂ ਥੰਬਨੇਲ ਪਾਇਆ ਹੀ ਤਾਂ ਸੀ ਕਿ ਲੋਕ ਇਸ ਥੰਬਨੇਲ ਨੂੰ ਵੇਖ ਕੇ ਵੀਡੀਓ ਖੋਲਣ, ਕਿਉਂਕਿ ਉਦਾਂ ਤਾਂ ਤੁਹਾਡੀ ਕੋਈ ਵੀਡੀਓ ਖੋਲਦਾ ਨਹੀਂ, ਸਾਰੀਆਂ ਵੀਡੀਓਜ਼ ਤੁਹਾਡੀਆਂ ਥੰਬਨੇਲ ਵੇਖ ਕੇ ਤਾਂ ਖੁੱਲਦੀਆਂ ਨੇ। ਤੇ ਤੁਹਾਨੂੰ ਇੱਕ ਜ਼ਰੂਰੀ ਗੱਲ ਕਰਨੀ ਸੀ, ਗੱਲ ਇਦਾਂ ਵਾ ਕਿ ਜਿਵੇਂ ਤੁਹਾਨੂੰ ਪਤਾ ਵਾ ਨਾ ਪਿੱਛੇ ਇੱਕ ਜਿਹੜੀ ਉਹ ਨਾਮ ਨਹੀਂ ਪਤਾ ਉਹਨਾਂ ਦਾ ਕੀ ਆ, ਹਨਾ ਪ੍ਰੀਤ ਕੀ ਆ? ਲਓ ਜੀ, ਰਿਪਲਾਈ ਕਰਨ ਲੱਗੇ ਹੋਏ ਤੇ ਕਹਿੰਦੇ ਕਿ ਸਾਨੂੰ ਨਾਮ ਨਹੀਂ ਪਤਾ ਕਿ ਨਾਮ ਕੀ ਆ, ਇਦਾਂ ਦੀ ਓਵਰ ਐਕਟਿੰਗ ਨਾ ਹੀ ਕਰਿਆ ਕਰੋ। ਪਲੈਨਿੰਗ ਇਹਨਾਂ ਦੀ ਪਹਿਲਾਂ ਦੀ ਹੁੰਦੀ ਆ, ਨਾਲੇ ਕਹੀ ਜਾਂਦੀ ਆ ਕਿ ਤੁਸੀਂ ਇਹ ਵੀਡੀਓ ਥੰਬਨੇਲ ਵੇਖ ਕੇ ਹੀ ਖੋਲੀ ਹੋਊਗੀ। ਜੇ ਤੁਹਾਨੂੰ ਇਹ ਨਹੀਂ ਪਤਾ ਕਿ ਥੰਬਨੇਲ ਤੇ ਅਸੀਂ ਲਿਖਣਾ ਕੀ ਆ, ਫਿਰ ਤੁਹਾਨੂੰ ਕੀ ਪਤਾ ਵੀਡੀਓ ਬਣਾਉਂਦੇ ਵਕਤ ਕਿ ਥੰਬਨੇਲ ਵੇਖ ਕੇ ਵੀਡੀਓ ਖੋਲਾਂਗੇ। ਤੇ ਜੇ ਤੁਹਾਨੂੰ ਪਤਾ ਫਿਰ ਤੁਹਾਨੂੰ ਨਾਮ ਵੀ ਪਤਾ ਹੋਊਗਾ, ਫਿਰ ਵੀਡੀਓ ਦੇ ਵਿੱਚ ਓਵਰ ਐਕਟਿੰਗ, ਕਿਉਂਕਿ ਸਾਨੂੰ ਤਾਂ ਨਾਮ ਹੀ ਨਹੀਂ ਯਾਦ ਆ ਰਿਹਾ। ਉਸ ਪਰਸਨ ਨੇ ਸਾਡੇ ਬਾਰੇ ਮਤਲਬ ਕਿ ਗੱਲ ਕੀਤੀ ਹੈ ਕਿ ਹਨਾ ਇਹਨੇ ਭਾਜੀ ਪਾਈ ਆ ਯੇ ਵੋ, ਹਨਾ ਸਾਡਾ ਆਪਸੀ ਮੈਟਰ ਆ, ਠੀਕ ਆ। ਜਦੋਂ ਮਤਲਬ ਸਾਨੂੰ ਅਸੀਂ YouTube ਤੇ ਭਾਜੀਆਂ ਪਾਉਣੀ ਆਏ ਕਿਸੇ ਨੂੰ, ਉਹਨੇ ਤਾਂ ਨਾਰਮਲੀ ਇੱਕ ਫਨ ਕ੍ਰੀਏਟ ਕਰਨ ਵਾਸਤੇ ਇਹ ਸਾਰਾ ਕੁਝ ਕੀਤਾ ਸੀ, ਤੇ ਇਹਨਾਂ ਨੇ ਚੱਕ ਕੇ ਇਹਨੂੰ ਮੁੱਦਾ ਬਣਾ ਲਿਆ। ਉਹਨੇ ਤਾਂ ਵੈਸੇ ਹੀ ਕਹਿ ਦਿੱਤਾ ਕਿ ਲੱਗਦਾ ਮਿਸਿਸ ਬਾਵਾ ਨੇ ਮਹਿਕਪ੍ਰੀਤ ਨੂੰ ਭਾਜੀ ਪਾਈ ਆ, ਤਾਂ ਹੀ ਉਹ ਵੀ ਰਿਪਲਾਈ ਕਰਦੀ ਫਿਰਦੀ ਆ। ਐਂਡ ਇਹਨਾਂ ਦਾ ਤਾਂ ਪਤਾ ਹੀ ਆ, ਇਹ ਤਾਂ ਕੋਈ ਮੌਕਾ ਛੱਡਣਾ ਹੀ ਨਹੀਂ ਚਾਹੁੰਦੇ ਹੁੰਦੇ, ਇਹਨਾਂ ਨੂੰ ਮਸਾ ਮਸਾ ਤਾਂ ਮੌਕਾ ਮਿਲਦਾ ਵਿਊਜ਼ ਲੈਣ ਦਾ। ਸਾਡੇ ਬਾਰੇ ਜੋ ਬੋਲਦਾ ਸੀ ਨਾਲ ਹੀ ਉਹ ਦੂਜੇ ਰਿਪਲਾਈ ਕਰ ਦਿੰਨੇ ਆ ਸਿੱਧੀ ਜੀ ਗੱਲ। ਸਾਨੂੰ ਜੋ ਨਹੀਂ ਚੰਗੀ ਲੱਗੀ ਗੱਲ ਹਨਾ ਸਾਡਾ ਆਪਸ ਦਾ ਮੈਟਰ ਸੀ, ਚਲ ਅਸੀਂ ਕਹਿਤੀ ਹਨਾ। ਹਾਂਜੀ ਹਾਂਜੀ, ਠੀਕ ਆ, ਉਹ ਤਾਂ ਅਸੀਂ ਦੇਖ ਰਹੇ ਸੀ ਕਿ ਤੁਸੀਂ ਰਿਪਲਾਈ ਕੀਤਾ ਸੀ, ਤੇ ਮੈਨੂੰ ਨਹੀਂ ਲੱਗਦਾ ਸੀਗਾ ਕਿ ਉਸ ਵੀਡੀਓ ਦੇ ਵਿੱਚ ਸਾਡਾ ਨਾਮ ਲੈਣਾ ਚਾਹੀਦਾ ਸੀਗਾ, ਕਿਉਂਕਿ ਅਸੀਂ ਹਨਾ ਕਦੀ ਵੀ ਕਿਸੇ ਤੀਸਰੇ ਬੰਦੇ ਦਾ ਨਾਮ ਲੈ ਕੇ ਆਪਾਂ ਰਿਪਲਾਈ ਨਹੀਂ ਕਰਦੇ। ਜੋ ਸਾਨੂੰ ਨਹੀਂ ਚੰਗਾ ਲੱਗਦਾ ਅਸੀਂ ਡਾਇਰੈਕਟ ਉਸ ਬੰਦੇ ਨੂੰ ਉਸੇ ਗੱਲ ਤੇ ਰਿਪਲਾਈ ਕਰਦੇ ਆ, ਚਾਹੇ ਉੱਥੇ ਗੁਰਲਾਲ ਆ ਚਾਹੇ ਮੈਂ ਆ, ਹਨਾ। ਤੇ ਮੈਨੂੰ ਮਤਲਬ ਨਹੀਂ ਵਧੀਆ ਲੱਗਾ ਨਾ ਹੀ ਗੁਰਲਾਲ ਨੂੰ ਕਿ ਸਾਡਾ ਨਾਮ ਲਿਆ ਜਾਵੇ। ਅੱਛਾ, ਤੁਹਾਨੂੰ ਵਧੀਆ ਨਹੀਂ ਲੱਗਿਆ ਕਿ ਉਸ ਵੀਡੀਓ ਦੇ ਵਿੱਚ ਤੁਹਾਡਾ ਨਾਮ ਲਿਆ ਗਿਆ ਮਹਿਕ ਵਾਲੀ ਵੀਡੀਓ ਦੇ ਵਿੱਚ ਰਿੰਪਲ ਦੇ ਵੱਲੋਂ, ਬਟ ਹੁਣ ਮਹਿਕ ਨੂੰ ਨਹੀਂ ਚੰਗਾ ਲੱਗਿਆ ਕਿ ਤੂੰ ਆਪਦੀ ਵੀਡੀਓ ਦੇ ਵਿੱਚ ਉਹਦਾ ਨਾਮ ਲੈ ਲਿਆ? ਫਿਰ ਜੇ ਉਹਨੂੰ ਨਹੀਂ ਚੰਗਾ ਲੱਗ ਰਿਹਾ ਤਾਂ ਤੂੰ ਕਾਹਤੋਂ ਮਹਿਕ ਦਾ ਯੂਜ਼ ਕਰ ਰਹੀ ਆ, ਨੇਮ ਥੰਬਨੇਲ ਵੀ ਟਾਈਟਲ ਵੀ ਸਾਰਾ ਕੁਝ ਉਹਦਾ ਯੂਜ਼ ਕਰਕੇ ਵੀਡੀਓਜ਼ 'ਤੇ ਵਿਊਜ਼ ਲੈ ਰਹੀ ਆ? ਕਿ ਕੋਈ ਮੇਰਾ ਆਪਦੀ ਵੀਡੀਓ ਦੇ ਵਿੱਚ ਕਿਸੇ ਹੋਰ ਦੇ ਕਰਕੇ ਨਾਮ ਲਵੇ ਤਾਂ ਤੂੰ ਕਾਹਤੋਂ ਕਿਸੇ ਹੋਰ ਦੇ ਕਰਕੇ ਮਹਿਕ ਦਾ ਨਾਮ ਲੈ ਰਹੀ ਆ? ਤੁਹਾਡਾ ਆਪਣਾ ਮਤਲਬ ਜੋ ਵੀ ਸੀ ਤੁਸੀਂ ਉਹਦੇ 'ਤੇ ਬਣਾ ਸਕਦੇ ਸੀ ਵੀਡੀਓ। ਚਲੋ ਮੈਂ ਉਹਨੂੰ ਬੋਲਦੀ ਹਾਂ, ਉਹ ਮੈਨੂੰ ਬੋਲਦਾ, ਜੋ 10 ਵੀਡੀਓ ਮੇਰੇ ਬਾਰੇ ਪਾ ਦਿੱਤਾ ਤਾਂ ਇੱਕ ਮੈਂ ਪਾ ਦਿੱਤੀ, ਹਨਾ। ਤੇ ਜੇ ਮੈਨੂੰ ਨਹੀਂ ਵਧੀਆ ਲੱਗੀ ਸੀਗੀ ਜੋ ਚੀਜ਼ਾਂ ਮੈਂ ਉਹਦੇ ਵਿੱਚ ਕਹਿ ਦਿੱਤੀਆਂ। ਹਾਂ ਹਾਂ ਜ਼ਰੂਰ, ਜੇ ਤੁਹਾਨੂੰ ਕੁਝ ਵਧੀਆ ਨਹੀਂ ਲੱਗਿਆ ਤਾਂ ਤੁਸੀਂ ਕਹਿ ਸਕਦੇ ਹੋ, ਬਟ ਹਨਾ ਮੈਨੂੰ ਵਿੱਚ ਘੜੀਸਣ ਵਾਲੀ ਗੱਲ ਸਹੀ ਨਹੀਂ ਲੱਗੀ ਮੈਨੂੰ।
ਨਹੀਂ ਵੈਸੇ ਇੰਨਾ ਤਾਂ ਤੁਹਾਨੂੰ ਘੜੀਸਿਆ ਵੀ ਨਹੀਂ ਸੀ ਜਿੰਨਾ ਤੁਸੀਂ ਮੁੱਦਾ ਚੱਕ ਲਿਆ। ਸਿੱਧੀ ਜੀ ਗੱਲ ਆ, ਕਿਉਂਕਿ ਸਾਡਾ ਨਾਂ ਨਾ ਹੀ ਲਿੱਤਾ ਜਾਵੇ, ਕਿਉਂਕਿ ਅਸੀਂ ਅੱਗੇ ਵਿਵਾਦਾਂ 'ਚ ਰਹਿੰਦੇ ਹਾਂ ਭਰਾਵਾ, ਸਾਡੀ ਨਿੱਕੀ ਜੀ ਗੱਲ ਚੱਕ ਲੈਂਦੇ ਆ, ਸਾਡਾ ਇੱਕ ਦੂਜੇ ਨਾਲ ਕੋਈ ਮੈਟਰ ਨਹੀਂ ਹੈਗਾ। ਨਾ ਅਸੀਂ ਜਾਣਦੇ ਆ ਨਾ ਅਸੀਂ ਬੁਲਾਉਂਦੇ ਆ, ਨਾ ਅਗਲਾ ਬੰਦਾ ਸੋਚੂਗਾ ਸ਼ਾਇਦ ਇਹਨੇ ਕਿਹਾ ਹੋਣਾ ਮੇਰਾ ਨਾਮ ਲੈ ਇਦਾਂ ਉਦਾਂ। ਅਸੀਂ ਨਹੀਂ ਇਦਾਂ, ਮਤਲਬ ਵਿਊ ਦੀ ਭੱਜ ਦੌੜ ਦੇ ਵਿੱਚ ਅਸੀਂ ਨਹੀਂ ਪੈਣਾ ਚਾਹੁੰਦੇ। ਕਹਿੰਦੇ ਕਿ ਅਸੀਂ ਨਹੀਂ ਵਿਊਜ਼ ਦੀ ਭੱਜ ਦੌੜ ਵਿੱਚ ਪੈਣਾ ਚਾਹੁੰਦੇ, ਤੇ ਜੇ ਮੈਂ ਇਹਨਾਂ ਦੇ ਚੈਨਲ ਤੇ ਤੁਹਾਨੂੰ ਥੰਬਨੇਲਸ ਦਿਖਾ ਦੇਣਾ, ਤੁਸੀਂ ਕਹੋਗੇ ਕਿ ਵਿਊਜ਼ ਦੇ ਲਈ ਇੰਨਾ ਕੁਝ ਕਰਦੇ ਨੇ। ਹਾਲ ਹੀ ਦੇ ਵਿੱਚ ਇਹਨਾਂ ਦੀ ਇੱਕ ਵੀਡੀਓ ਆਈ ਆ ਜਿਹਦੇ ਵਿੱਚ ਇਹਨੇ ਆਪਣੀ ਘਰ ਵਾਲੀ ਨੂੰ ਹੀ ਮਾਰਤਾ, ਉੱਤੇ ਲਿਖਿਆ ਹੋਇਆ ਇਹ ਕੀ ਸਟੈਪ ਚੁੱਕਿਆ, ਕੋਈ ਗੱਲ ਸੀ ਤਾਂ ਦੱਸ ਦਿੰਦੀ, ਮਿਸਿਜ਼ ਬਾਵਾ ਮੇਰੇ ਨਾਲ ਸ਼ੇਅਰ ਕਰ ਲੈਂਦੀ। ਯਾਰ ਹੱਦ ਹੈ, ਨਾਲੇ ਕਹਿੰਦੇ ਆ ਕਿ ਅਸੀਂ ਵਿਊਜ਼ ਦੇ ਲਈ ਕੁਝ ਵੀ ਨਹੀਂ ਕਰਦੇ, ਭੱਜ ਦੌੜ 'ਚ ਨਹੀਂ ਆ ਵਿਊਜ਼ ਵਾਲੀ 'ਚ, ਨਾਲੇ ਵਿਊਜ਼ ਦੇ ਲਈ ਇੰਨਾ ਕੁਛ ਕਰਦੇ ਹੋ। ਤੇ ਦੂਜੀ ਗੱਲ, ਇਹ ਵੀਡੀਓ ਵੀ ਤਾਂ ਤੁਸੀਂ ਵਿਊਜ਼ ਦੇ ਲਈ ਹੀ ਬਣਾਈ ਹੈ। ਅਸੀਂ ਉਦੋਂ ਹੀ ਰਿਪਲਾਈ ਕਰਦੇ ਜਦੋਂ ਸਾਡੇ ਬਾਰੇ ਕੋਈ ਗਲਤ ਬੋਲਦੇ ਹੋ, ਸਾਰਿਆਂ ਨੇ ਦੇਖਿਆ ਹੋਗਾ। ਸਾਡੇ ਮਤਲਬ ਹਾਂ ਸਾਨੂੰ ਜ਼ਿਆਦਾ ਹੀ ਲੱਗੇ ਕਿ ਹਾਂ ਇਹ ਜ਼ਿਆਦਾ ਹੋ ਗਿਆ, ਤਾਂ ਆਪਾਂ ਉਦੋਂ ਹੀ ਬੋਲੀਦਾ, ਸਾਡਾ ਸਾਰਾ ਨਾਂ ਲਓ, ਠੀਕ ਆ, ਆਪਣੇ ਮੈਟਰ ਨੂੰ ਆਪਣੇ ਹਿਸਾਬ ਨਾਲ ਸੋਲਵ ਕਰੋ ਜਿੱਦਾਂ ਅਸੀਂ ਕਰਦੇ ਹਾਂ। ਹੁਣ ਇਹ ਤਾਂ ਸੀ ਕਿ ਮਿਸਿਜ਼ ਬਾਵਾ ਨੇ ਰਿਪਲਾਈ ਕੀਤਾ ਸੀ ਰਿੰਪਲ ਨੂੰ, ਹੁਣ ਉੱਥੇ ਮਹਿਕਪ੍ਰੀਤ ਆ ਗਈ। ਮਹਿਕਪ੍ਰੀਤ ਕਹਿੰਦੀ ਕਿ ਤੁਸੀਂ ਮੇਰਾ ਥੰਬਨੇਲ ਕਿਉਂ ਯੂਜ਼ ਕੀਤਾ, ਤੇ ਮਹਿਕਪ੍ਰੀਤ ਨੇ ਰਿਪਲਾਈ ਕਰਤਾ ਮਿਸਿਜ਼ ਬਾਵਾ ਨੂੰ। ਹੁਣ ਦੇਖਦੇ ਹਾਂ ਕਿ ਮਹਿਕਪ੍ਰੀਤ ਦਾ ਕੀ ਕਹਿਣਾ ਮਿਸਿਜ਼ ਬਾਵਾ ਬਾਰੇ। ਸੋ ਅੱਜ ਦੇ ਥੰਬਨੇਲ 'ਚ ਤੁਸੀਂ ਦੇਖ ਹੀ ਲਿਆ ਹੋਣਾ ਕਿ ਵਲੌਗ ਕਿਸ ਲਈ ਜਿਹੜਾ ਬਾਬੇ, ਇੱਕ ਮਿੰਟ ਮੈਂ ਪਾਣੀ ਪੀ ਲਾ ਫਿਰ ਗੱਲ ਕਰਦੇ ਹਾਂ। ਵੀਡੀਓ ਪਿੱਛੋਂ ਸਟਾਰਟ ਹੋਈ ਆ, ਕਹਿੰਦੀ ਪਹਿਲਾਂ ਮੈਂ ਪਾਣੀ ਪੀ ਲਾਂ ਫਿਰ ਸਟਾਰਟ ਕਰਦੇ ਆ, ਤੇ ਪਹਿਲਾਂ ਹੀ ਪਾਣੀ ਪੀ ਕੇ ਬਹਿ ਜਾਣਾ ਸੀ। 20 ਸੈਕਿੰਡ ਦੇ ਵਿੱਚ ਤੈਨੂੰ ਪਿਆਸ ਵੀ ਲੱਗ ਗਈ ਲਾਏ ਸੀ ਇਹਨਾਂ ਨੂੰ ਜੋ ਵੀ ਸੀ ਮਿਸਟਰ ਬਾਵੇ ਹੁਣੀ। ਸੋ ਮੇਰੀ ਤੁਹਾਨੂੰ ਗੱਲ ਵੀ ਸਿਰਫ ਇਹਨਾਂ ਦੇ ਰਿਲੇਟਿਡ ਹੀ ਮੈਂ ਗੱਲ ਕਰਨੀ ਆ, ਠੀਕ ਆ। ਮੇਨ ਵੀਡੀਓ ਮੈਂ ਜਦੋਂ ਮੈਂ ਥੰਬਨੇਲ ਲਈ ਜੇ ਇਹਨਾਂ ਦਾ ਲਾਇਆ ਨਾ, ਤਾਂ ਇਹਨਾਂ ਦੇ ਰਿਲੇਟਿਡ ਹੀ ਗੱਲ ਕਰੂੰਗੀ। ਹੁਣੇ ਉਹਨਾਂ ਨੂੰ ਕਹਿੰਦੀ ਪਈ ਆ ਕਿਉਂਕਿ ਨਾ ਉਹਨਾਂ ਨੇ ਸਾਰਾ ਵਲੌਗ ਇਹਦੇ ਸਿਰ 'ਤੇ ਚਲਾ ਲਿਆ, ਅਤੇ ਐਂਡ 'ਤੇ ਜਾ ਕੇ 5 ਕੁ ਮਿੰਟੇ ਦੀ ਗੱਲ ਕੀਤੀ ਸੀ, ਅਤੇ ਮੈਕ ਨੂੰ ਗੁੱਸਾ ਚੜ ਰਿਹਾ ਕਿ ਮੇਰੀ ਫੋਟੋ ਲਾ ਕੇ ਉਹਨਾਂ ਨੇ ਆਪਣਾ ਸਾਰਾ ਵਲੌਗ ਚਲਾ ਲਿਆ, ਵਿਊਜ਼ ਲੈ ਲਏ, ਅਤੇ ਇਹਦੇ ਤੋਂ ਉਹ ਗੱਲ ਪੱਚੀ ਨਹੀਂ। ਤਾਂ ਹੀ ਕਹਿੰਦੀ ਹੈ ਕਿ ਜੇ ਮੈਂ ਥੰਬਨੇਲ ਇਹਨਾਂ ਦਾ ਲਾਇਆ ਨਾ, ਤਾਂ ਮੈਂ ਗੱਲ ਵੀ ਇਹਨਾਂ ਦੀ ਹੀ ਕਰੂੰਗੀ। ਤਾਂ ਮੇਨ ਦੇਖੋ ਵਿਊਆਂ ਦੇ ਲਈ ਹੈ ਨਾ, ਮੈਂ ਇਹਨਾਂ ਨੇ ਨਾ ਮੇਰੀ ਕੱਲ੍ਹ ਵੀਡੀਓ ਪਾਈ, ਠੀਕ ਆ, ਜੋ ਵੀ ਮੈਨੂੰ ਕਿਹਾ ਸੀ ਵੀ ਤੁਹਾਡਾ ਕੋਈ ਵੀ ਮੈਟਰ ਆ ਨਾ ਮੇਰਾ ਨਾਮ ਸਾਡਾ ਨਾਮ ਨਾ ਲਿਆ ਜਾਵੇ, ਇਹਨਾਂ ਦਾ ਕਹਿੰਦਾ ਇਹੀ ਮਤਲਬ ਸੀਗਾ। ਤਾਂ ਮੇਨ ਦੇਖੋ ਮੈਂ ਸਮਝ ਗਈ ਸੀ ਹੈ ਨਾ, ਕਿਉਂਕਿ ਇਹ ਬੋਲੇ ਵੀ ਲਾਸਟ 'ਤੇ ਸੀਗੇ, ਤਾਂ ਮੇਨ ਜੇ ਮੈਂ ਇਹਨਾਂ ਦਾ ਥੰਬਨੇਲ ਲਾਇਆ ਆਪਣੀ ਵੀਡੀਓ 'ਤੇ, ਤਾਂ ਮੈਂ ਬੋਲੂੰਗੀ ਵੀ ਇਹਨਾਂ ਦੇ ਰਿਲੇਟਿਡ ਆ। ਮੈਂ ਕਿਸੇ ਨੂੰ ਇੱਥੇ ਕੁਛ ਗਲਤ ਨਹੀਂ, ਕਿਉਂਕਿ ਨਾ ਤਾਂ ਮੈਂ ਇਹਨਾਂ ਨੂੰ ਜਾਣਦੀ ਹਾਂ ਕੌਣ ਆ, ਨਾ ਮੇਰਾ ਇਹਨਾਂ ਨਾਲ ਕੋਈ ਲਿੰਕ ਆ। ਅੱਛਾ, ਨਾ ਤਾਂ ਉਹ ਤੈਨੂੰ ਜਾਣਦੇ ਆ ਕਿ ਤੂੰ ਕੌਣ ਆ, ਨਾ ਤੂੰ ਉਹਨਾਂ ਨੂੰ ਜਾਣਦੀ ਆ ਕਿ ਉਹ ਕੌਣ ਆ। ਡਾਇਰੈਕਟਲੀ ਬੋਲ ਲੈਂਦੇ, ਮੇਨ ਇਹਨਾਂ ਦੀ ਵੀਡੀਓ ਤੁਸੀਂ ਕਲਿੱਕ ਕਰੋਗੇ, ਵੀਡੀਓ ਕੋਈ ਹੋਰ ਆ, ਹੈ ਨਾ। ਸਿਰਫ ਲਾਸਟ 'ਤੇ ਮੇਰੇ ਲਈ ਬੋਲੇ ਸੀ ਥੋੜ੍ਹਾ ਜਿਹਾ, ਤਾਂ ਸੋ ਅੱਜ ਕੱਲ੍ਹ ਕਿਆ ਕਿਆ ਕਹਿਣਾ ਕਹਿਣਾ ਕਿਆ ਚਾਹ ਰਹੇ ਹੈ ਭਾਈ ਆਪ। ਮੈਂ ਕਿਹਾ ਜ਼ਿਆਦਾ ਹੀ ਟ੍ਰੈਂਡਿੰਗ 'ਚ ਚੱਲ ਰਹੀ ਆ, ਤਾਂ ਹੀ ਉਹ ਚੱਕ ਚੱਕ ਕੇ ਮੈਂ ਕਹਿੰਦੀ ਹਾਂ ਥੰਬਨੇਲ ਲੱਗ ਰਹੇ ਆ, ਹੈ ਨਾ। ਇੰਨੀ ਵੀ ਟ੍ਰੈਂਡਿੰਗ 'ਚ ਨਹੀਂ ਹੈਗੀ ਤੂੰ ਜਿੰਨਾ ਤੂੰ ਸਮਝ ਰਹੀ ਆ, ਅਸਲ 'ਚ ਤੂੰ ਡਾਊਨ ਟ੍ਰੈਂਡ 'ਚ ਆ, ਤਾਂ ਹੀ ਤਾਂ ਤੂੰ ਆਪਣੇ ਕਮੈਂਟਸ ਆਫ ਕਰ ਰੱਖੇ ਨੇ। ਵਿਊਆਂ ਲਈ ਤੁਸੀਂ ਇੱਦਾਂ ਨਾ ਕਰੋ, ਠੀਕ ਆ। ਮੈਂ ਇਹਨਾਂ ਨੂੰ ਦੇਖ ਸਕਦੇ ਹੋ ਕਮੈਂਟ ਕਰਕੇ ਪਿਆਰ ਨਾਲ ਵੀ ਸਮਝਾਇਆ ਸੀ, ਮੈਂ ਕਿਹਾ ਵੀ ਮੇਰਾ ਥੰਬਨੇਲ ਰਿਮੂਵ ਕਰ ਦਿਓ, ਠੀਕ ਆ। ਅੱਛਾ, ਪਹਿਲਾਂ ਕਮੈਂਟ ਵੀ ਕੀਤਾ ਸੀ ਕਿ ਮੇਰਾ ਥੰਬਨੇਲ ਡਿਲੀਟ ਕਰ ਦਿਓ, ਬਟ ਉਹਨਾਂ ਨੇ ਤਾਂ ਹਾਲੇ ਤੱਕ ਵੀ ਨਹੀਂ ਕੀਤਾ, ਤੂੰ ਤਾਂ ਰਿਪਲਾਈ ਵੀਡੀਓ ਵੀ ਪਾਤੀ। ਦੇਖੋ ਮੇਰਾ ਇੱਥੇ ਕਿਸੇ ਨਾਲ ਕੋਈ ਲਿੰਕ ਨਹੀਂ ਹੈਗਾ, ਠੀਕ ਆ। ਮੈਨੂੰ ਲੱਗਦਾ ਉਹਨਾਂ ਨੂੰ ਤੇਰੀ ਧਮਕੀ ਤੋਂ ਡਰ ਨਹੀਂ ਲੱਗਿਆ। ਆ ਰਿਹਾ, ਠੀਕ ਆ, ਮੈਂ ਹੁਣ ਸ਼ਾਰਟ ਵੀਡੀਓ ਪਾਉਂਦੀ ਹਾਂ ਆਪਣੇ ਰਿਲੇਟਿਡ ਪਾਉਂਦੀ ਹਾਂ, ਤਾਂ ਮੈਂ ਹੀ ਸੋਚ ਲਿਆ ਸੀ ਕਿ ਨਹੀਂ ਯਾਰ ਆਪਾਂ ਕਿਸੇ ਨੂੰ ਨਹੀਂ ਕੁਛ ਕਹਿਣਾ, ਹੈ ਨਾ, ਆਪਣੇ ਵੱਲ ਧਿਆਨ ਦੇਣਾ। ਇਹਨਾਂ ਨੇ ਫਿਰ ਵੀ ਨਹੀਂ ਛੱਡਣਾ ਹੁੰਦਾ, ਚੱਕ ਕੇ ਥੰਬਨੇਲ ਲਾ ਲੈਂਦੇ ਆ। ਜ਼ੋਰ ਵੈਸੇ ਤੂੰ ਸਾਰਾ ਹੀ ਲਾਇਆ ਹੋਇਆ ਵੀਡੀਓ ਦੇ ਵਿੱਚ, ਠੀਕ ਆ। ਇੰਨਾ ਗੁੱਸਾ ਵੀ ਮੈਂ ਕਹਿੰਦੀ ਹਾਂ ਵੀ ਵਿਊ ਵਾਲੀ ਅਸਲ 'ਚ ਨਾ ਗੱਲ ਭੁੱਲ ਗਈ ਸੀ ਵੀ ਮੈਂ ਕੀ ਆਖਾਂਗੀ, ਤਾਂ ਹੱਸ ਕੇ ਦਿਖਾਤਾ।
ਤਾਂ ਮੇਨ ਤੁਸੀਂ ਦੇਖ ਸਕਦੇ ਹੋ ਕਿ ਮੈਂ ਇਹਨਾਂ ਨੂੰ ਕਮੈਂਟ 'ਚ ਵੀ ਕਿਹਾ ਸੀ ਪਿਆਰ ਨਾਲ ਅੱਜ ਮੋਰਨ। ਦੂਜਿਆਂ ਨੂੰ ਕੀ ਕਹਿਣਾ, ਤੂੰ ਤਾਂ ਖੁਦ ਹੀ ਵਿਊਜ਼ ਲਈ ਬਹੁਤ ਕੁਛ ਕੀਤਾ। ਅੰਗੂਠੀ, ਕਿਉਂਕਿ ਇਹਨਾਂ ਨੂੰ ਹਜੇ ਇੱਕ ਦਿਨ ਹੀ ਹੋਇਆ ਵੀਡੀਓ ਪਾਈਆਂ ਨੂੰ, ਇਹਨਾਂ ਦੀ ਕਿਸੇ ਵੀਡੀਓ 'ਤੇ ਲਾ ਲਓ ਤੁਸੀਂ ਵਿਊ ਨਹੀਂ ਆਉਂਦੇ, ਸਿਰਫ 1,000, 2,000, 3,000 ਆਉਂਦੇ ਹੈ ਨਾ, ਪਰ ਤੁਸੀਂ ਮੇਰੀ ਵੀਡੀਓ ਚੈੱਕ ਕਰ ਸਕਦੇ ਹੋ ਕਿੰਨੇ ਵਿਊ ਆਏ, ਸਿਰਫ ਵਿਊ ਦੀ ਖਾਤਰ ਤੁਸੀਂ ਲਾ ਲਓ ਮੇਰਾ ਥੰਬਨੇਲ ਲੱਗਾ, ਠੀਕ ਆ। ਇੱਥੇ ਕੁਛ ਇਹਨਾਂ ਨੇ ਮੈਨੂੰ ਗਲਤ ਨਹੀਂ ਕਿਹਾ, ਕੁਛ ਇਹਨਾਂ ਨੂੰ ਮੈਂ ਨਹੀਂ ਗਲਤ ਕਹਿ ਰਹੀ। ਅਤੇ ਜੇ ਫਿਰ ਉਹਨਾਂ ਨੇ ਤੈਨੂੰ ਕੁਝ ਗਲਤੀ ਨਹੀਂ ਕਿਹਾ, ਫਿਰ ਤੂੰ ਕਾਹਤੋਂ ਹਾਈਪਰ ਹੋਈ ਜਾਂਦੀ ਹੈ? ਮੈਂ ਸਿਰਫ ਥੰਬਨੇਲ ਦੀ ਵਾਰਨਿੰਗ ਦਿੱਤੀ ਸੀ, ਮੈਂ ਕਿਹਾ ਵੀ ਜਿਹੜਾ ਮੇਰਾ ਥੰਬਨੇਲ ਆਇਆ ਰਿਮੂਵ ਕਰ ਦਿਓ, ਠੀਕ ਆ। ਉਹ ਅੱਛਾ, ਵਾਰਨਿੰਗ ਦਿੱਤੀ ਸੀ ਕਿ ਜਾਂ ਤਾਂ ਤੁਸੀਂ ਮੇਰੇ ਨੇਮ ਤੋਂ ਵਿਊਜ਼ ਨਾ ਲਓ, ਮੇਰੇ ਥੰਬਨੇਲ ਤੋਂ ਵਿਊਜ਼ ਨਾ ਲਓ, ਜਾਂ ਫਿਰ ਮੈਂ ਵੀ ਲਊਂਗੀ। ਪਰ ਇਹ ਹਟੀ ਨਹੀਂ, ਇਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਵੀ ਹੁਣ ਮੈਂ ਕਹਾਂ ਜਿੰਨੀਆਂ ਵੀਡੀਓ ਹੈ ਨਾ ਥੰਬਨੇਲ ਲੱਗੇ ਹੋਏ ਇਹਨਾਂ ਦੇ, ਵੀ ਤੁਸੀਂ ਲਾ ਲਓ ਕੋਈ ਵੀ ਉਸ ਵੀਡੀਓ ਦੇ ਬਿਲਕੁਲ ਟੌਪਿਕ 'ਤੇ ਹੋਵੇ ਵੀਡੀਓ, ਬਿਲਕੁਲ ਵੀ ਨਹੀਂ ਗੀ। ਅਤੇ ਤੂੰ ਵੀ ਆਪਣੀਆਂ ਵੀਡੀਓਸ 'ਤੇ ਦੇਖ ਲਾ, ਤੇਰੇ ਵੀ ਮਿਸਿਸ ਬਾਵਾ ਵਾਲੀ ਵੀਡੀਓਸ 'ਤੇ ਵਿਊ ਜ਼ਿਆਦਾ ਹੀ ਆ। ਕਦੇ ਸਾਡਾ ਆਹ ਸੜ ਗਿਆ, ਕਦੇ ਸਾਡਾ ਆਹ ਸੜ ਗਿਆ, ਠੀਕ ਆ, ਥੰਬਨੇਲ ਹੋਰ ਲੱਗੇ ਹੁੰਦੇ ਆ, ਅਤੇ ਪਰ ਜਦੋਂ ਆਪਾਂ ਵੀਡੀਓ ਓਪਨ ਕਰਦੇ ਹਾਂ ਕੁਛ ਹੋਰ ਹੀ ਨਿਕਲਦਾ। ਅੱਛਾ ਠੀਕ ਹੈ, ਜਿਹੜੇ ਲੋਕ ਇਹਨਾਂ ਦੀਆਂ ਵੀਡੀਓ ਦੇਖਦੇ ਆ ਉਹ ਤੁਸੀਂ ਲਾ ਲਓ ਵੀਡੀਓ ਦੇਖੀ ਜਾਣਗੇ, ਉਹ ਡੀਕਦੇ ਰਹਿੰਦੇ ਕਦੋਂ ਸੀਨ ਆਊਗਾ, ਕਦੋਂ ਸੀਨ ਆਊਗਾ, ਜਿਹੜਾ ਥੰਬਨੇਲ ਲੱਗਾ ਹੁੰਦਾ ਉਹ ਸੀਨ ਆਉਂਦਾ ਨੀਗਾ। ਤੂੰ ਵੀ ਜਿਹਦੇ 'ਤੇ ਰਿਪਲਾਈ ਰਿਪਲਾਈ ਗੇਮ ਖੇਡਦੀ ਆ ਨਾ, ਉਹਦੇ 'ਤੇ ਵਿਊਜ਼ ਜ਼ਿਆਦਾ ਹੁੰਦੇ ਆ, ਜਿਹੜੀ ਤੂੰ ਨੋਰਮਲ ਆਪਣੀ ਲਾਈਫ ਦੇ ਨਾਲ ਰਿਲੇਟਡ ਕੋਈ ਵੀਡੀਓ ਪਾਵੇ ਉਹਦੇ 'ਤੇ ਵਿਊਜ਼ ਨਹੀਂ ਹੁੰਦੇ। ਤਾਂ ਪ੍ਰਭੂ ਮੇਰੀ ਇਹ ਗੱਲ ਆ ਵੀ ਮੇਰੀ ਤੁਸੀਂ ਹਰੇਕ ਵੀਡੀਓ ਦੇਖ ਸਕਦੇ ਹੋ, ਮੇਰੀਆਂ ਜਿੰਨੀਆਂ ਯੂਟਿਊਬ 'ਤੇ ਵੀਡੀਓ ਨੇ ਮੈਂ ਸਿਰਫ ਉਸ ਰਿਲੇਟਡ ਹੀ ਬੋਲਦੀ ਹਾਂ, ਠੀਕ ਆ। ਆਹ ਗੱਲ ਤਾਂ ਵੈਸੇ ਮੈਕ 'ਤੇ ਜਮਾਂ ਸਹੀ ਆ, ਥੰਬਨੇਲ ਕੁਝ ਹੋਰ ਲੱਗੇ ਹੁੰਦੇ ਆ, ਜਦੋਂ ਵੀਡੀਓ ਓਪਨ ਕਰਦੇ ਉਦੋਂ ਕੁਝ ਹੋਰ ਹੀ ਨਿਕਲਦਾ। ਮੇਰਾ ਇਹ ਨਹੀਂ ਹੈਗਾ ਅਸੂਲ, ਠੀਕ ਆ। ਰਹੀ ਗੱਲ ਇਹਨਾਂ ਨੇ ਇਹ ਟਾਈਟਲ ਵਿੱਚ ਲਿਖਿਆ ਹੋਇਆ ਕਿ ਸਾਡੇ ਇਹ ਰਿਵਾਜ਼ ਨਹੀਂ ਹੈਗਾ, ਰਿਵਾਜ਼ ਕਿਹੜਾ ਨਹੀਂ ਹੈਗਾ ਤੁਹਾਡੇ, ਮੈਂ ਦੱਸਦੀ ਹਾਂ ਤੁਹਾਨੂੰ, ਤੁਹਾਡਾ ਰਿਵਾਜ਼ ਹੈਗਾ ਥੰਬਨੇਲ ਕੋਈ ਹੋਰ ਲਾ ਕੇ ਬੋਲਣਾ ਕੁਛ ਹੋਰ, ਦਿਖਾਉਣਾ ਕੁਛ ਹੋਰ, ਹੈ ਨਾ। ਤਾਂ ਮੈਂ ਦੱਸਦੀ ਹਾਂ ਸਾਡਾ ਰਿਵਾਜ਼ ਇਹ ਹੈ ਕਿ ਜੋ ਸਾਡੇ ਥੰਬਨੇਲ ਲੱਗਾ ਹੁੰਦਾ ਅਸੀਂ ਉਸ ਪੁਆਇੰਟ 'ਤੇ, ਜੋ ਸਾਡੇ ਟਾਈਟਲ ਲਿਖਿਆ ਹੁੰਦਾ ਅਸੀਂ ਉਸ ਪੁਆਇੰਟ 'ਤੇ ਬੋਲਣਾ ਹੁੰਦਾ, ਠੀਕ ਆ। ਇਹ ਵੀ ਵਾਹਵਾ ਤਪੀ ਪਈ ਆ, ਹੋਰ ਕੁਝ ਨਹੀਂ, ਹੁਣ ਇਹ ਕੰਟਰੋਵਰਸੀ ਭਾਲਦੀ ਆ ਮਿਸਿਸ ਬਾਵਾ ਦੇ ਨਾਲ, ਅਤੇ ਮਿਸਿਸ ਬਾਵਾ ਭਾਲਦੀ ਆ ਇਹਦੇ ਨਾਲ, ਤਾਂ ਕਿ ਅਸੀਂ ਕੰਟਰੋਵਰਸੀ ਕੰਟਰੋਵਰਸੀ ਖੇਡੀਏ ਅਤੇ ਸਾਡੇ ਫਿਰ ਵਿਊਜ਼ ਆਉਣਗੇ। ਹੁਣ ਇਹਨੇ ਰਿਪਲਾਈ ਕੀਤਾ, ਫਿਰ ਮਿਸਿਸ ਬਾਵਾ ਨੇ ਕਰ ਦੇਣਾ, ਫਿਰ ਇਹਨੇ ਕਰ ਦੇਣਾ, ਤਾਂ ਫਿਰ ਇਸੇ ਤਰੀਕੇ ਨਾਲ ਖਿੱਚਦੇ ਰਹਿਣਗੇ ਵੀਡੀਓਜ਼ ਨੂੰ ਵਿਊਜ਼ ਦੇ ਲਈ, ਕਿਉਂਕਿ ਪਤਾ ਮਿਸਿਸ ਬਾਵਾ ਵੀ ਨਜਾਇਜ਼ ਬੋਲੀ ਆ ਅਤੇ ਹੁਣ ਮਹਿਕਪ੍ਰੀਤ ਵੀ ਨਜਾਇਜ਼ ਬੋਲ ਰਹੀ ਆ। ਮਿਸਿਸ ਬਾਵਾ ਨੇ ਮਹਿਕਪ੍ਰੀਤ ਬਾਰੇ ਕੋਈ ਵੀਡੀਓ ਦੇ ਵਿੱਚ ਖਾਸ ਗੱਲ ਕੀਤੀ ਨਹੀਂ ਸੀ, ਉਹ ਰਿੰਪਲ ਬਾਰੇ ਗੱਲ ਕਰ ਰਹੀ ਸੀ ਕਿ ਸਾਡਾ ਨਾਮ ਨਾ ਲਿਆ ਕਰੋ ਮਹਿਕ ਦੀ ਵੀਡੀਓ ਦੇ ਰੋਸਟ ਦੇ ਵਿੱਚ। ਰਿਪਲਾਈ ਇਹੀ ਆ ਕਿ ਜੋ ਤੁਸੀਂ ਆ ਲਿਖਿਆ ਹੈ ਨਾ, ਜੋ ਵੀ ਆਪਣੇ ਟਾਈਟਲ 'ਤੇ ਵੀ ਸਾਡੇ ਇਹ ਰਿਵਾਜ਼ ਹੈ ਨੀ, ਕੀ ਤੁਹਾਡੇ ਰਿਵਾਜ਼ ਹੈ ਨੀ ਤੁਹਾਡੇ ਰਿਵਾਜ਼, ਬਸ ਮੈਂ ਹੁਣ ਦੂਜੀ ਵਾਰੀ ਵੀ ਰਿਪੀਟ ਕਰੂੰਗੀ ਵੀ ਤੁਹਾਡੇ ਰਿਵਾਜ਼ ਇਹ ਆ, ਟਾਈਟਲ ਕੋਈ ਹੋਰ। ਆਹ ਗੱਲ ਤਾਂ ਬਿਲਕੁਲ ਸਹੀ ਆ, ਇਹ ਰਿਵਾਜ਼ ਤਾਂ ਸਿਰਫ ਉਹਨਾਂ ਦੇ ਹੀ ਆ। ਕਰਦੇ ਕਿ ਇਕੱਲੀ ਫੋਟੋ ਦੇਖ ਕੇ ਮਿਲਾਂ ਤਾਂ ਤੁਹਾਡੀਆਂ ਤਾਂ ਫੋਟੋ ਦੇਖ ਕੇ ਕਲਿੱਕ ਕਰ ਲੈਂਦੇ ਹੋਣਗੇ, ਹੈ ਨਾ। ਬੋਲਿਆ ਕਰੋ ਜੋ ਤੁਹਾਡਾ ਥੰਬਨੇਲ ਲੱਗਦਾ, ਤਾਂ ਮੇਰਾ ਥੰਬਨੇਲ ਕਿਰਪਿਆ ਨਾ ਹੀ ਲਾਇਆ ਜਾਵੇ ਤਾਂ ਬਹੁਤ ਚੰਗੀ ਗੱਲ ਆ। ਹੁਣ ਸਿੱਧੀ ਸਿੱਧੀ ਧਮਕੀ ਆ ਗਈ ਆ ਵੀ ਮੇਰਾ ਥੰਬਨੇਲ ਨਾ ਹੀ ਲਾਇਆ ਜਾਵੇ, ਅਤੇ ਜੇ ਲੱਗਿਆ ਹੋਇਆ ਤਾਂ ਫਿਰ ਦੇਖ ਲਿਓ, ਕਿਉਂਕਿ ਮੈਂ ਇਹਨਾਂ ਨੂੰ ਪਿਆਰ ਨਾਲ ਕਮੈਂਟ 'ਚ ਗਿਆ, ਮੈਂ ਕਿਹਾ ਮੇਰਾ ਥੰਬਨੇਲ ਰਿਮੂਵ ਕਰ ਦਿਓ ਸਿਰਫ ਵਿਊਆਂ ਦੀ ਖਾਤਰ। ਉਹਨਾਂ ਨੇ ਫਿਰ ਵੀ ਨਹੀਂ ਕੀਤਾ, ਤੂੰ ਪਿਆਰ ਨਾਲ ਕਿਹਾ ਉਹਨਾਂ ਨੇ ਫਿਰ ਵੀ ਨਹੀਂ ਕੀਤਾ, ਤੂੰ ਗੁੱਸੇ 'ਚ ਆ ਕੇ ਵੀਡੀਓ ਬਣਾਤੀ ਉਹਨਾਂ ਨੇ ਫਿਰ ਵੀ ਨਹੀਂ ਕੀਤਾ, ਗੱਲ ਤਾਂ ਓਡੀ ਰਹਿ ਗਈ ਨਾ, ਉਹਨਾਂ ਨੇ ਤੇਰੀ ਕੋਈ ਕਦਰ ਹੀ ਨਹੀਂ ਪਾਈ, ਤੂੰ ਕਮੈਂਟ ਵੀ ਕਰਤਾ, ਵਲੌਗ ਵੀ ਬਣਾ ਲਿਆ, ਉਹਨਾਂ ਦੇ ਕੰਨ 'ਤੇ ਜੂ ਵੀ ਨਹੀਂ ਸਰਕੀ। ਸਿਰਫ ਵਿਊਆਂ ਦੀ ਖਾਤਰ ਇਹ ਮੇਰਾ ਥੰਬਨੇਲ ਲਾਉਂਦੇ ਆ, ਤਾਂ ਮੇਨ ਪਹਿਲਾਂ ਇੰਸਟਾਗ੍ਰਾਮ 'ਤੇ ਸੀ, ਇੰਸਟਾਗ੍ਰਾਮ 'ਤੇ ਲਾ ਲਓ। ਹੁਣ ਇਹ ਇੰਸਟਾਗ੍ਰਾਮ ਕੀ ਹੁੰਦਾ, ਇਹ ਨਵੇਂ ਵਰਡ ਲਾਂਚ ਕਰਦੀ ਰਹਿੰਦੀ ਹੈ, ਕੁਐਸ਼ਨ ਇੰਸਟਾਗ੍ਰਾਮ, ਮੈਨੂੰ ਤਾਂ ਚੱਜ ਨਾਲ ਕਹਿਣਾ ਵੀ ਨਹੀਂ ਆਉਂਦਾ, ਇੰਸਟਾਗ੍ਰਾਮ। ਟ੍ਰੈਂਡਿੰਗ 'ਚ ਕੁਛ ਜ਼ਿਆਦਾ ਹੀ ਚੱਲ ਰਹੇ ਸੀ ਫੇਕ ਆਈਡੀਆਂ, ਹੈ ਨਾ, ਵਤਵਾ ਚਲੋ ਮੈਂ ਦੱਸਿਆ ਹੋਇਆ ਸੀ ਵੀਡੀਓ 'ਚ, ਤਾਂ ਹੁਣ ਜੇ ਮੈਂ ਗੱਲ ਯੂਟਿਊਬ ਦੀ ਕਰਾਂ, ਹੁਣ ਯੂਟਿਊਬ 'ਤੇ ਚੱਲ ਹੀ ਮਹਿਕ ਰਹੀ ਆ। ਬੇਟਾ ਤੇਰੇ ਜਿਹੜੇ ਪੈਰ ਨੇ ਮੇਰੇ ਨੂੰ ਕਰ, ਮੈਂ ਉਹਨਾਂ ਨੂੰ ਬੇਟਾ ਚੁੰਮਾ, ਤੂੰ ਮੇਰੀ ਧੀ ਹੈ, ਬਹੁਤ ਪਿਆਰੀ ਹੈ ਤੂੰ। ਮੇਰਾ ਲਾਇਆ ਨਾਲੇ ਆ ਮਿਸਟਰ ਬਾਵਾ ਦੀ ਵਾਈਫ ਨੇ ਥੰਬਨੇਲ ਪਤਾ ਕਿੱਦਾਂ ਲਾਇਆ, ਐਂਜ ਕਰਕੇ, ਪਤਾ ਨਹੀਂ ਕਿਵੇਂ ਖਲੋਤੀ ਹੈ, ਇੱਕ ਮਿੰਟ ਨਹੀਂ, ਐਂਜ ਕਰਕੇ ਤਾਂ
ਭੈਣਾ ਜੇ ਮੈਂ ਥੰਬਨੇਲ ਲਾਉਣ ਤੇ ਆ ਗਈ ਨਾ ਤਾਂ ਮੈਂ ਤਾਂ ਸਿੱਧੀ ਐ ਕਰੂੰ ਫਿਰ ਠੀਕ ਆ ਥੰਬਨੇਲ ਤੇ ਲਾਏਂਗੀ ਉਹਦੇ ਕਿਹੜਾ ਸੱਚੀ ਵੱਜ ਜੂ ਜਾ ਕੇ ਮੁੱਕੀ ਕੀ ਯਾਰ ਕੀ ਤੂੰ ਰਿਪਲਾਈ ਦੇਣ ਲੱਗੀ ਆ ਮੈਂ ਇੱਥੇ ਅਜੇ ਵੀ ਬੋਲ ਰਹੀ ਹਾਂ ਕਿ ਮੇਰਾ ਜੇ ਤੂੰ ਬਾਅਦ ਤੁਸੀਂ ਥੰਬਨੇਲ ਲਾਇਆ ਨਾ ਤਾਂ ਉਸ ਰਿਲੇਟਡ ਹੀ ਮੈਂ ਆਪਣੀ ਵੀਡੀਓ ਲੈ ਕੇ ਆਉਂਗੀ ਠੀਕ ਆ ਹੁਣ ਇਹਨੇ ਸਾਫ਼ ਸਾਫ਼ ਕਹਿਤਾ ਕਿ ਜੇ ਤੁਸੀਂ ਥੰਬਨੇਲ ਲਾਇਆ ਨਾ ਮੇਰਾ ਤਾਂ ਮੈਂ ਤੁਹਾਡੇ 'ਤੇ ਹੀ ਵੀਡੀਓ ਲੈ ਕੇ ਆਉਂਗੀ ਇਹਦਾ ਮਤਲਬ ਕਿ ਉਹਨਾਂ ਨੂੰ ਕਹਿ ਰਹੀ ਆ ਇਨਡਾਇਰੈਕਟਲੀ ਕਿ ਤੁਸੀਂ ਮੇਰੀ ਹੋਰ ਵੀਡੀਓ ਪਾਓ ਅਤੇ ਫਿਰ ਮੈਂ ਪਾਊਂਗੀ ਉਦਾਂ ਹੈ ਨਾ ਇਹ ਵੱਖਰੇ ਪ੍ਰਧਾਨ ਬਣ ਗਏ ਆ ਹੱਦ ਹੋਈ ਪਈ ਇਹਨਾਂ ਦੀ ਐਵੇਂ ਸੱਚੀਆਂ ਗੱਲਾਂ ਤਾਂ ਨਹੀਂ ਬਾਬਾ ਬਾਬਾ ਹੁੰਦੀ ਸਹੀ ਗੱਲ ਆ ਐਂ ਹੀ ਹੁੰਦੀ ਆ ਬਾਬਾ ਬਾਬਾ ਹੁਣ ਪਤਾ ਹਾਏ ਹਾਏ ਇਹਨਾਂ ਤਾਂ ਉਹ ਤੈਨੂੰ ਬੋਲੇ ਵੀ ਨਹੀਂ ਜਿੰਨਾ ਤੂੰ ਬੋਲੀ ਜਾਂਦੀ ਆ ਤੂੰ ਤਾਂ ਵਿਚਾਰਿਆਂ ਦਾ ਜਮਾਂ ਹੀ ਹੱਦ ਹੀ ਕਰਤੀ ਲਾ ਲਓ ਹਨਾ ਟਾਈਟਲ ਦੇਖ ਕੇ ਬੋਲਣ ਲੱਗ ਜਾਣਾ ਭੌਂਕਣ ਲੱਗ ਜਾਣਾ ਪਹਿਲਾਂ ਵੀਡੀਓ ਪੂਰੀ ਦੇਖ ਲਿਆ ਕਰੋ ਕਿ ਬੰਦਾ ਬੋਲਦਾ ਕੀ ਆ ਠੀਕ ਆ ਬੰਦਾ ਬੋਲ ਕਿਹਨੂੰ ਰਿਹਾ ਕੀ ਬੋਲ ਰਿਹਾ ਕਿਉਂ ਬੋਲ ਰਿਹਾ ਠੀਕ ਆਹ ਹੁਣ ਕਿਹਨੂੰ ਕਹਿੰਦੀ ਪਈ ਆ ਅੱਛਾ ਠੀਕ ਹੈ ਇਹ ਆਪਣੀ ਯੂਟਿਊਬ ਫੈਮਿਲੀ ਨੂੰ ਕਹਿ ਰਹੀ ਆ ਕਿ ਮੇਰਾ ਟਾਈਟਲ ਵੇਖ ਕੇ ਨਾ ਭੌਂਕਣ ਲੱਗ ਜਾ ਕਰੋ ਪਹਿਲਾਂ ਮੇਰੀ ਵੀਡੀਓ ਪੂਰੀ ਦੇਖ ਲਿਆ ਕਰੋ ਤਾਂ ਮੇਨ ਇੱਕ ਦਿਨ ਹੋਇਆ ਇਹਨਾਂ ਦੀ ਵੀਡੀਓ ਨੋਟੀਫਿਕੇਸ਼ਨ ਜੀ ਮੈਨੂੰ ਸਭ ਕੁਝ ਪਤਾ ਲੱਗ ਜਾਂਦਾ ਵੀ ਕੌਣ ਮੇਰੇ ਲਈ ਕੀ ਬੋਲ ਰਿਹਾ ਹਨਾ ਮੈਂ ਫਿਰ ਵੀ ਇਗਨੋਰ ਕਰਦੀ ਹਾਂ ਤੂੰ ਇਗਨੋਰ ਕਰਦੀ ਨਹੀਂ ਤੈਨੂੰ ਇਗਨੋਰ ਕਰਨਾ ਪੈਂਦਾ ਮਾਮਾ ਲੱਗ ਰਿਹਾ ਕੋਈ ਮੇਰਾ ਇਹ ਭਰਾ ਲੱਗ ਰਿਹਾ ਵੀ ਜਿਹੜਾ ਮੈਂ ਇਹਦੀ ਸਪੋਰਟ ਕਰੂੰਗੀ ਮੈਂ ਇੱਥੇ ਕਿਸੇ ਖਰਚਾਂ ਦੀ ਸਪੋਰਟ ਨਹੀਂ ਕਰਨੀ ਹੈਗੀ ਠੀਕ ਆ ਤਾਂ ਮੇਨ ਮੈਂ ਪਿਆਰ ਨਾਲ ਇਹਨਾਂ ਨੂੰ ਵਾਰਨਿੰਗ ਦਿੱਤੀ ਸੀ ਕਿ ਮੇਰਾ ਥੰਬਨੇਲ ਰਿਮੂਵ ਕਰ ਦਿਓ ਪਰ ਇੰਨਾ ਬੰਦੇ ਨੂੰ ਬੇਸ਼ਰਮ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਬੰਦਾ ਇੰਨਾ ਢੀਠ ਬਣ ਜਾਂਦਾ ਠੀਕ ਆ ਮੈਂ ਬਹੁਤ ਪਿਆਰ ਨਾਲ ਇਹਨਾਂ ਨੂੰ ਵੀ ਸਮਝਾਇਆ ਮੈਂ ਕਿਹਾ ਵੀ ਮੇਰਾ ਥੰਬਨੇਲ ਰਿਮੂਵ ਕਰ ਦਿਓ ਪਰ ਇਹਨਾਂ ਨੂੰ ਸਮਝ ਹੀ ਨਹੀਂ ਲੱਗੀਗੀ ਸਾਡੇ ਰਿਵਾਜ਼ ਇਹ ਆ ਕਿ ਜੋ ਸਾਡੇ ਥੰਬਨੇਲ ਲੱਗੇ ਹੁੰਦੇ ਆ ਜੋ ਅਸੀਂ ਬੋਲ ਰਹੇ ਹੁੰਦੇ ਆ ਸਾਡੀ ਉਸ ਰਿਲੇਟਿਡ ਵੀਡੀਓ ਹੁੰਦੀ ਆ ਠੀਕ ਆ ਮੇਨ ਬਸ ਇਹਨੇ ਕਹਿ ਤਾਂ ਦਿੱਤਾ ਕਿ ਮੈਂ ਜੋ ਵੀਡੀਓ ਦੇ ਥੰਬਨੇਲ ਜਾਂ ਟਾਈਟਲ 'ਤੇ ਲਿਖਦੀ ਹਾਂ ਮੈਂ ਵੀਡੀਓ ਦੇ ਵਿੱਚ ਉਹੀ ਬੋਲਦੀ ਹਾਂ ਪਰ ਹੁਣ ਇਹ ਤੋਂ ਵੀਡੀਓ ਲੰਮੀ ਨਹੀਂ ਹੋ ਰਹੀ ਵਾਰ ਵਾਰ ਇੱਕੋ ਚੀਜ਼ ਰਿਪੀਟ ਕਰੀ ਜਾਂਦੀ ਆ ਕਿ ਮੇਰਾ ਥੰਬਨੇਲ ਰਿਮੂਵ ਕਰ ਦਿਉ ਤੁਹਾਡੇ ਹੀ ਇਹ ਰਿਵਾਜ਼ ਆ ਥੰਬਨੇਲ ਅੱਡਦਾ ਲਾ ਕੇ ਵਿਊਜ਼ ਲੈਣੇ ਸਾਡੇ ਰਿਵਾਜ਼ ਹੈ ਨਹੀਂ ਮੈਂ ਨਹੀਂ ਕਿਸੇ ਦਾ ਥੰਬਨੇਲ ਯੂਜ਼ ਕਰਦੀ ਮੇਰਾ ਥੰਬਨੇਲ ਰਿਮੂਵ ਕਰ ਦਿਉ ਇਹਨੇ ਕਿਵੇਂ ਨਾ ਕਿਵੇਂ ਹੁਣ ਵੀਡੀਓ ਨੂੰ ਲੌਂਗ ਕਰਨਾ ਉਹਨੇ ਕਹਿ ਤਾਂ ਦਿੱਤਾ ਕਿ ਮੈਂ ਥੰਬਨੇਲ ਦੇ ਰਿਲੇਟਡ ਹੀ ਬੋਲਦੀ ਹਾਂ ਬਟ ਹੁਣ ਬੋਲਣਾ ਔਖਾ ਹੋਇਆ ਪਿਆ ਵੈਸੇ ਗਰਮੀ ਜ਼ਿਆਦਾ ਚੜ ਗਈ ਵਿੱਚ ਪੁੱਠਾ ਸਿੱਧਾ ਵੀ ਬੋਲ ਰਹੀ ਆ ਮੇਰੇ ਲੈਵਲ 'ਤੇ ਤੁਸੀਂ ਹੈ ਨਹੀਂ ਲੋਕ ਥੰਬਨੇਲ ਫਾਲਤੂ ਲਾਉਂਦੇ ਆ ਤਾਂ ਵੀਡੀਓ ਜ਼ਰੂਰ ਕੁਐਸਚਨ ਵਿੱਚ ਗੱਲਬਾਤ ਕਰਦੇ ਰਹਿਣਾ ਮੇਰੇ ਨਾਲ ਹੋਰ ਗੱਲਾਂ ਦੀਆਂ ਗੱਲਾਂ ਇਹਦਾ ਕੁਐਸਚਨ ਨਹੀਂ ਮੁੱਕਦਾ ਇਹ ਹਰ ਇੱਕ ਵੀਡੀਓ ਦੇ ਵਿੱਚ ਇਹਨੇ ਕੁਐਸਚਨ ਤਾਂ ਕਹਿਣਾ ਹੀ ਕਹਿਣਾ ਹੁੰਦਾ ਬਾਕੀ ਦੇਖਦੇ ਹਾਂ ਕਿ ਅੱਗੇ ਕੀ ਬਣਦਾ ਹੁਣ ਇਸ ਵੱਡੀ ਬਦਮਾਸ਼ਨ ਤੋਂ ਡਰ ਕੇ ਉਹ ਆਪਣਾ ਥੰਬਨੇਲ ਡਿਲੀਟ ਕਰਦੇ ਆ ਜਾਂ ਨਹੀਂ ਤਾਂ ਮਿਲਦੇ ਹਾਂ ਨੈਕਸਟ ਕੈਂਡ ਵੀਡੀਓ ਦੇ ਨਾਲ ਬਾਬਿਓ ਤਾਂ ਵੀਡੀਓ ਨੂੰ ਕਰ ਦਿਓ ਸ਼ੇਅਰ ਲਾਈਕ ਪ੍ਰੀਤੇ ਵਾਂਗੂ ਬਾਬਿਓ ਤੁਸੀਂ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਬਾਕੀ ਤੁਹਾਡੇ ਸਾਰਿਆਂ ਦੇ ਬਹੁਤ ਵਧੀਆ ਕਮੈਂਟਸ ਆਉਂਦੇ ਆ ਥੈਂਕ ਯੂ ਸੋ ਮੱਚ ਐਵਰੀਵਨ ਫਾਰ ਸਪੋਰਟਿੰਗ ਆਪਾਂ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ